ਗੁਰੂ ਨਾਨਕ ਸੇਵਾ ਮਿਸ਼ਨ ਵੱਲੋਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸ਼ਤਾਬਦੀ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਆਰੰਭੇ ਗਏ ਮਾਨਵਤਾ ਦੇ ਭਲੇ ਲਈ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਸਰਕਾਰੀ ਪ੍ਰਾਇਮਰੀ ਸਕੂਲ ਬਲਾਕ ਬੰਦ ਡਾਕਟਰ ਅੰਬੇਦਕਰ ਨਗਰ ਦੇ ਲੋੜਵੰਦ 60 ਸਕੂਲੀ ਬੱਚੇ ਬੱਚੀਆਂ ਨੂੰ ਗਰਮ ਸਵੈਟਰ ਕੋਟੀਆਂ ਵੰਡੀਆਂ ਗਈਆਂ। ਸੰਸਥਾ ਦੇ ਪ੍ਰਧਾਨ ਸੁਰਿੰਦਰ ਸਿੰਘ ਚੌਹਾਨ ਨੇ ਕਿਹਾ ਕਿ ਉਹਨਾਂ ਦਾ ਮੁੱਖ ਮਕਸਦ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਜਪੋ, ਕਿਰਤ ਕਰੋ, ਵੰਡ ਛਕੋ ਦੇ ਸਿਧਾਂਤ 'ਤੇ ਪਹਿਰਾ ਦੇਣਾ ਅਤੇ ਨੌਜਵਾਨ ਬੱਚੇ ਬੱਚੀਆਂ ਨੂੰ ਗੁਰਬਾਣੀ ਨਾਲ ਜੋੜਨਾ ਹੈ। ਇਸ ਮੌਕੇ ਹਰਭਜਨ ਸਿੰਘ ਡੰਗ, ਸੁਰਿੰਦਰਪਾਲ ਸਿੰਘ ਪਟਿਆਣੀ, ਮਹਿੰਦਰ ਸਿੰਘ ਕੰਡਾ ਨੇ ਕਿਹਾ ਕਿ ਸੰਸਥਾ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸ਼ਤਾਬਦੀ ਪ੍ਰਕਾਸ਼ ਗੁਰਪੁਰਬ ਨੂੰ ਵੱਡੀ ਪੱਧਰ 'ਤੇ ਮਨਾਇਆ ਜਾ ਰਿਹਾ ਹੈ। ਉੱਥੇ ਮਾਨਵਤਾ ਦੇ ਭਲੇ ਲਈ ਕਾਰਜ ਕਰਕੇ ਸਕੂਲੀ ਬੱਚੇ ਬੱਚੀਆਂ ਨੂੰ ਚੰਗੇ ਨਾਗਰਿਕ ਬਣਨ ਦਾ ਸੰਦੇਸ਼ ਵੀ ਦਿੱਤਾ ਜਾ ਰਿਹਾ ਹੈ। ਇਸ ਮੌਕੇ ਪ੍ਰਿੰਸੀਪਲ ਮੈਡਮ ਵੱਲੋਂ ਸੰਸਥਾ ਦੇ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਆਰੰਭੇ ਗਏ ਕਾਰਜਾਂ ਦੀ ਸ਼ਲਾਘਾ ਵੀ ਕੀਤੀ। ਅੱਜ ਗੁਰੂ ਨਾਨਕ ਸੇਵਾ ਮਿਸ਼ਨ ਦੇ ਪ੍ਰਧਾਨ ਸਰ ਸੁਰਿੰਦਰ ਸਿੰਘ ਚੌਹਾਨ ਅਤੇ ਇਹਨਾਂ ਦੀ ਸਾਰੀ ਟੀਮ ਨੇ ਜਿਹੜਾ ਇੱਕ ਕਾਰਜ ਆਰੰਭਿਆ ਹੋਇਆ ਪਿਛਲੇ ਕੁਝ ਸਮੇਂ ਤੋਂ ਕਿ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ 550ਵਾਂ ਆਗਮਨ ਪੁਰਬ ਆ ਰਿਹਾ ਉਸ ਨੂੰ ਸਮਰਪਿਤ ਵੱਖਰੇ ਵੱਖਰੇ ਸਕੂਲਾਂ ਵਿੱਚ ਜਾ ਕੇ ਲੋੜ ਅਨੁਸਾਰ ਕਿਤੇ ਕੋਟੀਆਂ, ਕਿਤੇ ਬੱਚਿਆਂ ਦੀਆਂ ਜੁੱਤੀਆਂ, ਕਿਤੇ ਬੱਚਿਆਂ ਦੀਆਂ ਜਿਹੜੀਆਂ ਵਰਦੀਆਂ ਇਹ ਦਿੱਤੀਆਂ ਜਾ ਰਹੀਆਂ। ਮੈਂ ਬੜਾ ਸਮਝਦਾ ਕਿ ਇਸ ਸੇਵਾ ਜਿਹੜੀ ਸੁਸਾਇਟੀ ਹੈ ਗੁਰੂ ਨਾਨਕ ਸੇਵਾ ਮਿਸ਼ਨ, ਇਹਨੇ ਬਹੁਤ ਵਧੀਆ ਕਾਰਜ ਆਰੰਭ ਕੀਤਾ। ਲੋੜਵੰਦ ਬੱਚਿਆਂ ਨੂੰ ਉਹਨਾਂ ਦੀ ਲੋੜ ਮੁਤਾਬਕ ਜਿਹੜੀਆਂ ਵਰਦੀਆਂ ਮਿਲ ਜਾਣੀਆਂ ਜਾਂ ਕੋਟੀਆਂ ਮਿਲ ਜਾਣੀਆਂ ਠੰਡ ਤੋਂ ਬਚਾ ਲਈ, ਇਹ ਬੜਾ ਵਧੀਆ ਕਾਰਜ ਕਰ ਰਹੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬਹੁਤ ਖੁਸ਼ੀ ਦਾ ਦਿਨ ਹੈ ਕਿ ਗੁਰੂ ਨਾਨਕ ਸੇਵਾ ਮਿਸ਼ਨ ਦੇ ਸਾਰੇ ਪ੍ਰਬੰਧਕ ਸਾਹਿਬਾਨ ਵੱਲੋਂ ਅਤੇ ਇਸ ਸੰਸਥਾ ਦੇ ਪ੍ਰਧਾਨ ਸੁਰਿੰਦਰ ਸਿੰਘ ਜੀ ਚੌਹਾਨ ਦੇ ਵੱਲੋਂ ਗਰੀਬ ਬੱਚਿਆਂ ਨੂੰ, ਲੋੜਵੰਦ ਬੱਚਿਆਂ ਨੂੰ, ਜਿਹੜੇ ਬੱਚੇ ਛੋਟੇ ਨੇ ਔਰ ਅਜੇ ਤਾਲੀਮ ਹਾਸਲ ਕਰਨਾ ਚਾਹੁੰਦੇ ਨੇ ਲੇਕਿਨ ਘਰ ਦੇ ਹਾਲਾਤ ਜਿਹੜੇ ਨੇ ਉਹ ਸਾਥ ਨਹੀਂ ਦਿੰਦੇ, ਉਹਨਾਂ ਦੀ ਸਹਾਇਤਾ ਵਾਸਤੇ ਕੋਟੀਆਂ ਜਿਹੜੀਆਂ ਨੇ ਉਹ ਬੱਚਿਆਂ ਨੂੰ ਪ੍ਰਦਾਨ ਕੀਤੀਆਂ ਗਈਆਂ ਨੇ। ਇਹ ਸੰਸਥਾ ਐਸੀ ਹੈ ਕਿ ਜਿਹੜੀ ਸਮੇਂ-ਸਮੇਂ ਲੋੜਵੰਦ ਬੱਚਿਆਂ ਨੂੰ ਫੀਸਾਂ, ਲੋੜਵੰਦ ਕਿਤਾਬਾਂ, ਕਾਪੀਆਂ, ਪੈਨਸਲਾਂ, ਸਟੇਸ਼ਨਰੀ ਦੇ ਕੇ ਉਹਨਾਂ ਨੂੰ ਉਤਸ਼ਾਹਿਤ ਕਰਦੇ ਰਹਿੰਦੇ ਨੇ ਤਾਂ ਕਿ ਸਿੱਖ ਸਮਾਜ ਦੇ ਅੰਦਰ ਕੋਈ ਬੱਚਾ ਅਨਪੜ੍ਹ ਅਤੇ ਤਾਲੀਮ ਤੋਂ ਬਗੈਰ ਨਾ ਰਹਿ ਜਾਵੇ। ਹਾਂਜੀ, ਅਸੀਂ ਬਹੁਤ ਬਹੁਤ ਥੈਂਕਫੁੱਲ ਹਾਂ, ਧੰਨਵਾਦੀ ਹਾਂ ਸਾਡੇ ਕੌਂਸਲਰ ਸਾਹਿਬ ਹਰਭਜਨ ਸਿੰਘ ਡੰਗ ਅਤੇ ਪ੍ਰੈਜ਼ੀਡੈਂਟ ਸੁਰਿੰਦਰ ਸਿੰਘ ਚੌਹਾਨ ਜੀ ਦੇ ਨਾਲ, ਸਾਡੇ ਗੁਰੂ ਨਾਨਕ ਸੇਵਾ ਮਿਸ਼ਨ ਕਮੇਟੀ ਜਿਨ੍ਹਾਂ ਨੇ ਇਸ ਠੰਡ ਦੇ ਮੌਸਮ 'ਚ ਸਾਡੇ ਬੱਚਿਆਂ ਬਾਰੇ ਸੋਚਦੇ ਹੋਏ ਸਾਡੇ ਬੱਚਿਆਂ ਨੂੰ ਸਵੈਟਰ ਦਾਨ ਕੀਤੇ। ਬਹੁਤ ਬਹੁਤ ਅਸੀਂ ਧੰਨਵਾਦੀ ਹਾਂ ਇਹਨਾਂ ਦੇ। ਅਸੀਂ ਆਸ ਕਰਦੇ ਹਾਂ ਅੱਗੇ ਵੀ ਇਹਨਾਂ ਦਾ ਮਿਹਰ ਭਰਿਆ ਹੱਥ ਸਾਡੇ ਬੱਚਿਆਂ 'ਤੇ ਬਣਿਆ ਰਹੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਸੇਵਾ ਮਿਸ਼ਨ ਵੱਲੋਂ ਜੋ ਵੰਡ ਛਕੋ ਸੰਦੇਸ਼ ਦੇ ਅਧੀਨ ਉਹ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦਾ ਸੁਨਹਿਰੀ ਸਿਧਾਂਤ ਬਖਸ਼ਿਆ ਸੀ, ਉਸੇ ਦੇ ਤਹਿਤ 550 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਨੂੰ ਸਮਰਪਿਤ ਅਲੱਗ ਅਲੱਗ ਸਕੂਲਾਂ ਦੇ ਵਿੱਚ ਜੋ 550 ਬੱਚਿਆਂ ਨੂੰ ਵਰਦੀਆਂ, ਕੋਟੀਆਂ ਜਾਂ ਬੂਟ ਜੁਰਾਬਾਂ ਦੀ ਸੇਵਾ ਜਿਹੜੀ ਕੀਤੀ ਜਾ ਰਹੀ ਹੈ, ਉਸੇ ਦੇ ਤਹਿਤ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਡਾਕਟਰ ਅੰਬੇਦਕਰ ਨਗਰ ਵਿਖੇ ਸਾਡੀ ਟੀਮ ਪਹੁੰਚੀ ਹੈ, ਜਿਹਦੇ ਵਿੱਚ ਇਸ ਇਲਾਕੇ ਤੋਂ ਕੌਂਸਲਰ ਸਰਦਾਰ ਹਰਭਜਨ ਸਿੰਘ ਜੀ ਡੰਗ, ਮੇਰੇ ਵੀਰ ਸਾਹਿਬ ਬਲਵਿੰਦਰ ਸਿੰਘ ਜੀ ਭੁੱਲਰ, ਸਰ ਚਰਨਜੀਤ ਸਿੰਘ ਜੀ ਔਰ ਹੋਰ ਸਾਰੇ ਸਾਥੀਆਂ, ਸਰ ਸੁਰਿੰਦਰਪਾਲ ਸਿੰਘ ਪਟਿਆਣੀ, ਸਰ ਮਹਿੰਦਰ ਸਿੰਘ ਜੀ ਕੰਡਾ, ਸਰ ਮਹਿੰਦਰਪਾਲ ਸਿੰਘ ਜੀ, ਕਾਕਾ ਜੀ, ਐਡਵੋਕੇਟ ਆਰ ਪੀ ਸਿੰਘ ਜੀ ਔਰ ਸਰ ਦਰਸ਼ਨ ਸਿੰਘ ਜੀ, ਸਮੁੱਚੀ ਟੀਮ ਦੇ ਨਾਲ ਇੱਥੇ ਪਹੁੰਚ ਕੇ ਜੋ ਆਪ ਸਾਰਿਆਂ ਦੇ ਸਹਿਯੋਗ ਸਦਕਾ ਜੋ ਆਪ ਤਿਲ ਫੁੱਲ ਦਿੰਦੇ ਹੋ ਆਪਣੀ ਦਸਵੰਧ ਰੂਪੀ ਮਾਇਆ ਦੇ ਵਿੱਚੋਂ, ਉਸੇ ਦੇ ਤਹਿਤ ਅੱਜ ਇੱਥੇ ਬੱਚਿਆਂ ਨੂੰ ਇਹ ਜਿਹੜੀਆਂ ਕੋਟੀਆਂ ਸੀਗੀਆਂ ਇਸ ਸਕੂਲ ਦੇ ਵਿੱਚ ਮੁਹੱਈਆ ਕੀਤੀਆਂ ਗਈਆਂ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਅਮਨਦੀਪ ਦੇ ਨਾਲ, ਫੋਕਸ .ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।